ਦਾ ਤਾਂ ਹੀ ਫਾਇਦਾ, ਮੰਦਰਾਂ ਚ ਮੱਥੇ ਘਸਾਉਣ ਦਾ ਤਾਂ ਹੀ ਫਾਇਦਾ, ਮਸੀਤਾਂ ਚ ਗੋਡੇ ਤੜਾਉਣ ਦਾ ਤਾਂ ਹੀ ਫਾਇਦਾ। ਜੇ ਬੰਦਾ ਆਪਣੇ ਬੁੱਢੇ ਮਾਂ ਪਿਓ ਦੀ ਸੇਵਾ ਕਰਦਾ, ਜੇ ਬੁੱਢੇ ਮਾਂ ਪਿਓ ਦਾ ਮੰਜਾ ਬਾਹਰ ਨਿਕਲੇ ਗੋਹੇ ਤੇ ਡਾਇਆ ਪਿਆ, ਆਪ ਖੰਡ ਪਾਠ ਕਰਾਉਂਦਾ ਫਿਰ ਤਾਂ ਜਮਾ ਨੀ ਲੱਗਦਾ, ਜਿੱਥੇ ਮਰਜ਼ੀ ਜ਼ੋਰ ਲਾ ਲੈ। ਇਹ ਮੈਂ ਨੀ ਕਹਿੰਦਾ, ਗੁਰਬਾਣੀ ਚ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ, ਤੂੰ ਗੱਲ ਕਹਿੰਦਾ।